ਛੁੱਟੀ ਤੇ ਆਏ ਫੌਜੀ ਉੱਤੇ ਜਾਨਲੇਵਾ ਹਮਲਾ ਹੋਇਆ ਤੇ ਇਸ ਹਮਲੇ ਦੌਰਾਨ ਫੌਜੀ ਦੀ ਬਾਂਹ ਕੱਟੀ ਗਈ ਹੈ। ਦਰਅਸਲ ਫੌਜੀ ਦਾ ਭਰਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਜਿਸ ਨੂੰ ਉਸਦੇ ਘਰ ਦੇ ਨਜ਼ਦੀਕ ਹੀ ਰਹਿੰਦੇ ਇਹ ਨੌਜਵਾਨ ਕੁੱਟ ਰਹੇ ਸਨ ਤੇ ਜਦੋਂ ਉਹ ਆਪਣੇ ਭਰਾ ਨੂੰ ਛਡਾਉਣ ਗਿਆ ਤਾਂ ਇਹਨਾਂ ਮੁੰਡਿਆਂ ਨੇ ਇਸ ਫੌਜੀ ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੌਜੀ ਨੇ ਵੀ ਇਸ ਦੌਰਾਨ ਆਪਣਾ ਬਚਾਅ ਕੀਤਾ, ਪਰ ਇਹਨਾਂ ਮੁੰਡਿਆਂ ਵੱਲੋਂ ਫੌਜੀ ਦੀ ਬਾਂਹ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਫੌਜੀ ਦੀ ਬਾਂਹ ਕੱਟੀ ਗਈ ਅਤੇ ਇਹ ਸਾਰੀ ਵਾਰਦਾਤ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਨੌਜਵਾਨ ਮੁੰਡੇ ਫੌਜੀ ਉੱਤੇ ਹਮਲਾ ਕਰਦੇ ਨਜ਼ਰ ਆਉਂਦੇ ਨੇ। ਜਦੋਂ ਫੌਜੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਮੁੰਡੇ ਇਸ ਫੌਜੀ ਤੇ ਹੀ ਹਮਲਾ ਕਰ ਦਿੰਦੇ ਨੇ ਅਤੇ ਗਲੀ ਵਿਚਕਾਰ ਚੀਕ ਚਿਹਾੜਾ ਪੈ ਜਾਂਦਾ ਹੈ ਅਤੇ ਇਹ ਬਦਮਾਸ਼ ਫੌਜੀ ਦੀ ਬਾਂਹ ਕੱਟ ਕੇ ਫਰਾਰ ਹੋ ਜਾਂਦੇ ਨੇ। ਇਹ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਮੀਰਪੁਰ ਤੋਂ ਸਾਹਮਣੇ ਆਇਆ, ਜਿੱਥੇ ਦੋ ਪਰਿਵਾਰਾਂ ਦੇ ਵਿੱਚ ਲੜਾਈ ਖੂਨੀ ਝੜਪ ਦੇ ਵਿੱਚ ਬਦਲ ਗਈ। ਇਸ ਲੜਾਈ ਦੇ ਵਿੱਚ ਫੌਜੀ ਦੀ ਬਾਂਹ ਪੂਰੀ ਤਰ੍ਹਾਂ ਕੱਟ ਗਈ। ਲੜਾਈ ਦੀ ਪੂਰੀ ਵਾਰਦਾਤ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਫੌਜੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਫੌਜ ਦੇ ਵਿੱਚ ਨੌਕਰੀ ਕਰਦਾ ਹੈ ਤੇ ਸ਼੍ਰੀਨਗਰ ਦੇ ਵਿੱਚ ਤੈਨਾਤ ਹੈ। ਹਜੇ ਇੱਕ ਹਫ਼ਤਾ ਪਹਿਲਾਂ ਹੀ ਉਸਦਾ ਪਤੀ ਛੁੱਟੀ ਤੇ ਘਰ ਆਇਆ ਸੀ ਤੇ ਜਦੋਂ ਉਸਦਾ ਜੋ ਦੇਵਰ ਹੈ ਜੋ ਦਿਮਾਗੀ ਤੌਰ ਤੇ ਕਮਜ਼ੋਰ ਹੈ ਉਸਦੇ ਨਾਲ ਪਿੰਡ ਦੇ ਹੀ ਕੁਝ ਮੁੰਡਿਆਂ ਨੇ ਝਗੜਾ ਕਰ ਲਿਆ ਤੇ ਉਸਦੀ ਕੁੱਟਮਾਰ ਕਰ ਰਹੇ ਸਨ ਤਾਂ ਉਸਦੇ ਪਤੀ ਨੇ ਉਸਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਹਮਲਾਵਾਰਾਂ ਨੇ ਉਸਦੇ ਪਤੀ ਨੂੰ ਹੀ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਦੇ ਵਿੱਚ ਫੌਜੀ ਨੂੰ ਤੁਰੰਤ ਦਸੂਹਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਫੌਜੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਉਸਦੇ ਪਤੀ ਉੱਤੇ ਜਾਨਲੇਵਾ ਹਮਲਾ ਕੀਤਾ ਹੈ ਉਹਨਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੁਪਹਿਰ ਦੀ ਰੋਟੀ ਖਾ ਕੇ ਅੰਦਰ ਲੰਮੇ ਪਏ ਹੋਏ ਸੀਗੇ, ਬਾਹਰੋਂ ਸਾਨੂੰ ਜੋ ਵੀ ਆਵਾਜ਼ ਆਈ ਜਾਣ ਕੇ ਕੋਈ ਬੋਲਦਾ ਪਿਆ, ਅਸੀਂ ਯਕਦਮ ਜਦੋਂ ਨਿਕਲੇ ਹਾਂ ਤਾਂ ਸਾਡਾ ਛੋਟਾ ਮੇਰਾ ਦਿਓਰ ਹੈਗਾ ਥੋੜ੍ਹਾ ਉਹ ਮਿੰਟ ਦੇ ਵਿੱਚ ਹੈਗਾ ਆ, ਉਹਨਾਂ ਨੇ ਕਿਸੇ ਨੂੰ ਉਹਨਾਂ ਨੂੰ ਕਿਸੇ ਨੇ ਗਾਲ ਕੱਢੀ, ਉਹਨਾਂ ਨਾਲ ਲੜਦੇ ਪਏ ਸੀਗੇ। ਇਹ ਮੇਰੇ ਘਰ ਵਾਲੇ ਤੋਂ 5-6 ਦਿਨ ਹੋਏ ਛੁੱਟੇ ਆਇਆਂ ਨੂੰ ਛੁਡਾਉਣ ਵਾਸਤੇ ਨਿਕਲੇ ਸੀਗੇ, ਇਹਨਾਂ ਕੋਲ ਕੋਈ ਹਥਿਆਰ ਨਹੀਂ ਕੁਛ ਨਹੀਂ ਸੀਗਾ, ਉਹਨਾਂ ਦੋਨਾਂ ਭਰਾਵਾਂ ਨੇ ਡਾਂਟ ਫੜੇ ਹੋਏ ਸੀਗੇ, ਉਹਨਾਂ ਨੇ ਯਕਦਮ ਹੀ ਸਾਡੇ ਹਾਲੇ ਕਹਿੰਦੇ ਡਾਂਟ ਨਾ ਬਾਹਰ ਕੀਤਾ ਕੱਬੀ ਬਾਂਹ ਤੇ ਕਾਫੀ ਜ਼ਖਮ ਹੋ ਗਿਆ ਹੈ। ਸ਼੍ਰੀਨਗਰ ਓਡੀ ਕਰਦੇ ਪਏ ਨੇ ਕੈਮਰੇ 'ਚ, ਡੈਡ ਜੀ ਵੀ ਅੰਦਰ ਲੰਮੇ ਪਏ ਸੀਗੇ ਅਤੇ ਉਹ ਦੇਖਣ ਗਏ ਸੀਗੇ ਕੈਮਰੇ 'ਚ ਕਿ ਬਾਹਰ ਕੀ ਹੁੰਦਾ, ਗੇਟ 'ਚ ਕੈਮਰਾ ਲੱਗਾ ਸੀ ਅਤੇ ਉਹਨਾਂ ਮੇਰੇ ਫਾਦਰ ਸਾਹਿਬ ਦੇ ਭਰਾ ਅਤੇ ਉਹਨਾਂ ਨਾਲ ਲੜਨ ਦੇ ਹੀ ਬੋਲ ਚੱਲਦੇ ਸੀ ਬਾਹਰ, ਅਤੇ ਉਹ ਕੈਮਰਾ ਦੇਖ ਕੇ ਬਾਹਰ ਗਏ ਅਤੇ ਅਤੇ ਉਹਨਾਂ ਨੂੰ ਤਲਵਾਰ ਲੈ ਕੇ ਉਹਨਾਂ ਨੂੰ ਵੀ ਪੈਣ ਲੱਗ ਪਏ ਅਤੇ ਉਹਨਾਂ ਦੇ ਬਾਹਰ ਕਰਤਾ, ਸੱਟਾਂ ਲੱਗੀਆਂ ਬਾਅਦ ਲੱਗੀਆਂ ਜੀ, ਅੱਧੀ ਬਾਂਹ ਪੂਰੀ ਵੱਢ ਹੋ ਗਈ, ਰੀਨ ਕੇ ਬਚੀ ਬਸ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਕਹਿੰਦੇ ਹਾਂ ਕਿ ਇਨਸਾਫ ਦਵਾਇਆ ਜਾਵੇ, ਪੁਲਿਸ ਅਤੇ ਕਾਰਵਾਈ ਕੀਤੀ ਜਾਵੇ। ਕੀ ਕੀ ਨਾਂ ਆ ਜਿਨ੍ਹਾਂ ਨੇ? ਨਾਮ ਜੀ ਆਕਾਸ਼ਦੀਪ ਸਿੰਘ ਪਿੰਡ ਮੀਰਪੁਰ, ਦੂਜਾ ਪ੍ਰਦੀਪ ਸਿੰਘ ਉਹ ਵੀ ਮੀਰਪੁਰ, ਉਹਨਾਂ ਦਾ ਭਰਾ ਹੀ ਸੀ, ਇੱਕ ਸੋਨੂ ਆ। ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਅਤੇ ਮੈਂ ਤਾਂ ਆਪਣੇ ਕੈਮਰੇ ਦੇਖ ਰਿਹਾ ਸੀਗਾ ਅਤੇ ਮੇਰੇ ਘਰ ਵਾਲੇ ਕਹਿੰਦੇ ਰੋਟੀ ਖਾ ਲਓ, ਮੈਂ ਕਹਿੰਦਾ ਮੇਰਾ ਮਨ ਯਾਰ ਠੀਕ ਜਾਂ ਨਹੀਂ ਹੈ,
ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ ਦਾਰੂ ਪੀ ਕੇ ਟਰੈਕਟਰ ਤੇ, ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੁਹਾਡਾ ਹੀ ਕਿਹਾ ਬਚਾਉਣ ਵਾਸਤੇ ਹੂੰ। ਮੈਂ ਕਿਹਾ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ, ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ, ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਉਹਨੂੰ ਵਿਚਾਰੇ ਨੂੰ, ਤੇ ਉਹ ਹਟੇ ਨਹੀਂ ਉਹਨਾਂ ਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆਇਆ ਤੇ ਮੇਰੀ ਬਾਂਹ ਵੱਢ ਦਿੱਤੀ ਉਹਨੇ। ਕੌਣ ਸੀ ਲੋਕ ਉਹ ਜਿਹੜੇ? ਮੇਰੇ ਸਾਡੇ ਪਿੰਡ ਦੇ ਹੀ ਆ ਜੀ, ਉਹ ਦਾਰੂ ਕੀਤੀ ਸੀ ਉਹਨਾਂ ਨੇ, ਇਹਨਾਂ ਨੇ ਬਾਂਹ ਵੱਢ ਦਿੱਤੀ ਪਿੰਡ ਦੇ ਬੰਦਿਆਂ ਨੇ, ਔਰ ਇਹ ਹੈਗੇ ਉਹਨਾਂ ਦੇ ਲੜਕੇ। ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪਏ ਸੀਗੇ, ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ, ਘਰ ਦੇ ਕੈਮਰਿਆਂ ਵਿੱਚ ਉਹ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜ਼ੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਂਹ ਵੱਢਤੀ। ਵੱਡੀ ਸਾਰੀ ਕਿਰਪਾਨ ਸੀਗੀ, ਇਨਸਾਨੀਅਤ ਤਾਂ ਖਤਮ ਹੀ ਹੋ ਗਈ, ਉਹਨਾਂ ਨੇ ਪੂਰੀ ਬਾਂਹ ਇੱਥੋਂ ਤੱਕ ਖਤਮ ਹੋ ਗਈ, ਹੱਡੀ ਵੀ ਵੱਢ ਦਿੱਤੀ ਗਈ ਹੈ। ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ, ਇਹਨਾਂ ਨੇ ਜਵਾਬ ਦੇ ਕੀ ਮੰਗ ਕਰਦੇ ਪੁਲਿਸ ਨੂੰ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ, ਜਿਹੜੇ ਇੱਦਾਂ ਦੇ ਮੁਲਜ਼ਮ ਪੰਜਾਬ ਦੇ ਵਿੱਚ ਆਈ ਜਾਂਦੇ ਆ, ਸਾਨੂੰ ਅਸੀਂ ਤਾਂ ਕਹਿੰਦੇ ਆਪ ਸਰਕਾਰ ਜਦੋਂ ਦੀ ਆਈ ਸੁਧਾਰ ਹੋਊਗਾ, ਪਰ ਸਾਨੂੰ ਉਮੀਦ ਨਹੀਂ ਹੈ ਕਿ ਇੱਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਹੇ ਆ। ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲ੍ਹ ਨੂੰ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ। ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਇਹਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ, ਉਹ ਜਲਦੀ ਹੋਣੀ ਚਾਹੀਦੀ, ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ।